ਮਜੀਠੀਆ ਦੀ ਅੱਜ ਜੁਡੀਸ਼ੀਅਲ ਰਿਮਾਂਡ ਵਾਲੀ ਜਿਹੜੀ ਤਰੀਕ ਸੀਗੀ ਔਰ ਉਹਨਾਂ ਨੂੰ ਵੀਸੀ ਦੇ ਥਰੂ ਪੇਸ਼ ਕੀਤਾ ਗਿਆ ਸੀ ਅਤੇ ਅਗਲੀ ਤਰੀਕ 19 ਪੈ ਗਈ ਹੈ। ਪਰ ਇਹਦੇ ਵਿੱਚ ਇੱਕ ਜਿਹੜਾ ਹੋਰ ਸਰਕਮਸਟਾਂਸਿਸ ਹੁਣ ਖੜ੍ਹੇ ਹੋ ਗਏ ਨੇ ਉਹ ਨੇ ਜਿਹੜੇ ਅੰਦਰ ਜੇਲ੍ਹ ਦੇ ਹਾਲਾਤ ਨੇ ਜਿਹਦੇ ਬਾਰੇ ਅਸੀਂ ਕੋਰਟ ਨੂੰ ਅੱਜ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਕਿਉਂਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਇੱਕ ਜ਼ੈਡ ਪਲੱਸ ਪ੍ਰੋਟੈਕਟੀ ਨੇ। 24 ਤਰੀਕ ਨੂੰ 24 ਫਰਵਰੀ ਨੂੰ ਜਿਸ ਦਿਨ ਉਹਨਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਸਰੈਂਡਰ ਕੀਤਾ ਸੀਗਾ, ਪਹਿਲਾਂ ਉਹਨਾਂ ਨੂੰ ਮਾਨਯੋਗ ਮੈਜਿਸਟਰੇਟ ਸਾਹਿਬ ਦੇ ਹੁਕਮਾਂ ਨਾਲ ਉਰੇ ਸੰਗਰੂਰ ਜੇਲ੍ਹ ਵਿੱਚ ਭੇਜਿਆ ਗਿਆ। ਸੰਗਰੂਰ ਜੇਲ੍ਹ ਦੇ ਸੁਪਰਡੈਂਟ ਨੇ ਕਿਹਾ ਕਿ ਇਹਨਾਂ ਨੂੰ ਕਿਉਂਕਿ ਇਹ ਜੇਲ੍ਹ ਦੀ ਸਿਕਿਉਰਿਟੀ ਉਨੀ ਪ੍ਰੋਪਰ ਨਹੀਂ ਹੈਗੀ, ਉੱਥੋਂ ਉਹਨਾਂ ਨੂੰ ਪਟਿਆਲਾ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ। ਔਰ ਜਿਸ ਦਿਨ ਦੇ ਉਹ ਪਟਿਆਲਾ ਜੇਲ੍ਹ ਦੇ ਵਿੱਚ ਨੇ ਉਸੇ ਦਿਨ ਤੋਂ ਉਹਨਾਂ ਨੂੰ ਇੱਕ ਬੈਰਕ ਦੇ ਵਿੱਚ ਰੱਖਿਆ ਗਿਆ, ਸਿਕਿਉਰਿਟੀ ਰੀਜ਼ਨਸ ਕਰਕੇ ਰੱਖਿਆ ਗਿਆ ਕਿਉਂਕਿ ਸਿਕਿਉਰਿਟੀ ਏਜੰਸੀਜ਼ ਦੀ ਲਗਾਤਾਰ ਇਨਪੁੱਟ ਹੈ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਟੈਰਰਿਸਟ ਆਊਟਫਿਟਸ ਬੱਬਰ ਖਾਲਸਾ ਹੋਵੇ, ਟਾਈਗਰ ਫੋਰਸ ਹੋਵੇ ਜਾਂ KLG ਹੋਵੇ, ਉਹਨਾਂ ਦੀ ਹਿਟਲਿਸਟ 'ਤੇ ਨੇ, ਗੈਂਗਸਟਰਸ ਦੀ ਹਿਟਲਿਸਟ 'ਤੇ ਨੇ, ਕਿਉਂਕਿ ਲਗਾਤਾਰ ਬਿਕਰਮ ਮਜੀਠੀਆ ਸਾਹਿਬ ਬੋਲਦੇ ਵੀ ਰਹੇ ਨੇ ਗੈਂਗਸਟਰਸ ਦੇ ਖਿਲਾਫ। ਸੋ ਉਹ ਇਨਪੁੱਟਸ ਕਰਕੇ ਹੀ ਉਹਨਾਂ ਨੂੰ ਅੱਡ ਬੈਰਕ ਦੇ ਵਿੱਚ ਰੱਖਿਆ ਸੀ। ਪਰ ਕੱਲ੍ਹ ਰਾਤ ਇੱਕਦਮ ਪਤਾ ਨਹੀਂ ਕੀ ਹਾਲਾਤ ਬਦਲੇ ਨੇ ਕਿ ਸਰਦਾਰ ਬਿਕਰਮ ਮਜੀਠੀਆ ਨੂੰ ਉੱਥੋਂ ਬੈਰਕ ਦੇ ਵਿੱਚੋਂ ਕੱਢ ਕੇ ਫਾਂਸੀ ਵਾਲੀ ਚੱਕੀ ਦੇ ਵਿੱਚ, ਹੁਣ ਦੇਖੋ ਫਾਂਸੀ ਵਾਲੀ ਚੱਕੀ ਕਨਵਿਕਟਸ ਲਈ ਹੁੰਦੀ ਹੈ ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੋਵੇ, ਉੱਥੇ ਭੇਜਿਆ ਗਿਆ। ਫਿਰ ਜਦੋਂ ਦੇਖਿਆ ਗਿਆ ਕਿ ਉਹਨੇ ਤਾਂ ਐਂਟਰੀ ਨਹੀਂ ਹੋਣੀ ਕਿਉਂਕਿ ਫਾਂਸੀ ਚੱਕੀ 'ਚ ਸਿਰਫ ਕਨਵਿਕਟ ਹੁੰਦਾ, ਉਹ ਜਜਮੈਂਟ ਪਾਉਣੀ ਪੈਂਦੀ ਹੈ, ਫਿਰ ਜੋੜਾ ਚੱਕੀ ਦੇ ਵਿੱਚ। ਜੋੜਾ ਚੱਕੀ ਉਹਨਾਂ ਵਾਸਤੇ ਜਿਨ੍ਹਾਂ ਨੇ ਜੇਲ੍ਹ ਦੇ ਅੰਦਰ ਕੋਈ ਅਪਰਾਧ ਕੀਤਾ ਹੋਵੇ, ਜਦਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਪਿਛਲੇ ਆਲਮੋਸਟ 1.5 ਮਹੀਨੇ ਤੋਂ ਕਸਟਡੀ 'ਚ ਨੇ, ਉਹਨਾਂ ਦਾ ਕੋਈ ਐਸਾ ਉਹਨਾਂ ਨੇ ਅੰਦਰ ਜੇਲ੍ਹ ਦੇ ਵਿੱਚ ਕੋਈ ਅਨਟੂਵਰਡ ਇੰਸੀਡੈਂਟ ਨਹੀਂ ਕੀਤਾ ਜਾਂ ਉਹਨਾਂ 'ਤੇ ਕੋਈ ਐਲੀਗੇਸ਼ਨ ਨਹੀਂ ਹੈਗਾ, ਤਾਂ ਜੋੜਾ ਚੱਕੀ ਦੇ ਵਿੱਚ ਉਹਨਾਂ ਨੂੰ ਕਿਉਂ ਇਸ ਤਰੀਕੇ ਨਾਲ ਰੱਖਿਆ ਗਿਆ? ਸੋ ਇਹ ਸਾਰੀਆਂ ਗੱਲਾਂ ਕਿਉਂਕਿ ਜੁਡੀਸ਼ੀਅਲ ਕਸਟਡੀ ਹੈ, ਕੋਰਟ ਦੇ ਅੱਗੇ ਅਸੀਂ ਰੱਖੀਆਂ ਨੇ ਕਿਉਂਕਿ ਕੋਰਟ ਦੀ ਕਸਟਡੀ ਇੱਕ ਕਿਸਮ ਦੀ ਹੈਗੀ ਹੈ, ਪੰਜਾਬ ਸਰਕਾਰ ਕਸਟੋਡੀਅਨ ਹੈ ਪਰ ਜੁਡੀਸ਼ੀਅਲ ਕਸਟਡੀ ਹੈ। ਕੋਰਟ ਦੇ ਅੱਗੇ ਅਸੀਂ ਐਪਲੀਕੇਸ਼ਨ ਮੂਵ ਕੀਤੀ ਹੈ, ਕੋਰਟ ਨੇ ਕੱਲ੍ਹ ਵਾਸਤੇ ਜੇਲ੍ਹ ਸੁਪਰਡੈਂਟ ਦੀ ਸਟੇਟਸ ਰਿਪੋਰਟ ਕਾਲ ਕੀਤੀ ਹੈ, ਹੁਣ ਅਗਲੀ ਜਿਹੜੀ ਸੁਣਵਾਈ ਹੈ ਉਹ ਕੱਲ੍ਹ ਨੂੰ ਹੋਊਗੀ ਇਸ ਕੇਸ ਦੀ। ਕਲੀਅਰ ਜੀ, ਇਹ ਤਾਂ ਤੁਹਾਡੇ ਸਿਕਿਉਰਿਟੀ ਪੈਰਾਮੀਟਰ ਸੀਗੇ, ਇਸ ਤੋਂ ਇਲਾਵਾ ਕੇਸ ਦੇ ਵਿੱਚ ਕੀ ਡਿਵੈਲਪਮੈਂਟ ਹੋਈ ਹੈ? ਨਹੀਂ, ਕੇਸ ਦੇ ਵਿੱਚ ਤਾਂ ਜੀ ਆਲਰੇਡੀ ਅਸੀਂ ਸੁਪਰੀਮ ਕੋਰਟ ਕੌਸ਼ਿੰਗਲੀ ਮੂਵ ਕੀਤੀ ਹੈ ਜਿਹੜੀ ਅਗਲੇ ਸੋਮਵਾਰ ਵਾਸਤੇ ਹੈ। ਇਹ ਜਿਹੜਾ ਜੁਡੀਸ਼ੀਅਲ ਰਿਮਾਂਡ ਹੈ ਇਹ ਇੱਕ ਪ੍ਰੋਸੈਸ ਹੈ, ਜੁਡੀਸ਼ੀਅਲ ਪ੍ਰੋਸੈਸ ਹੈ, ਹਰ 14 ਦਿਨ ਬਾਅਦ ਇਹਨੇ ਅੱਗੇ ਵੱਧਦੇ ਰਹਿਣਾ। ਸੋ ਹੁਣ ਅਗਲੀ ਤਰੀਕ 19 ਪੈ ਗਈ ਹੈ ਔਰ ਇਹ ਜਿਹੜੀ ਐਪਲੀਕੇਸ਼ਨ ਹੈ ਇਹ ਐਪਲੀਕੇਸ਼ਨ ਅਸੀਂ ਅੱਜ ਮੂਵ ਕੀਤੀ ਹੈ ਜਿਹਤੇ ਕੱਲ੍ਹ ਵਾਸਤੇ ਸਰਕਾਰ ਤੋਂ ਵੀ ਰਿਪਲਾਈ ਮੰਗਿਆ ਅਤੇ ਜੇਲ੍ਹ ਸੁਪਰਡੈਂਟ ਦੀ ਸਟੇਟਸ ਰਿਪੋਰਟ। ਐਪਲੀਕੇਸ਼ਨ 'ਚ ਕੀ ਕਿਹਾ ਜੀ ਤੁਸੀਂ? ਕੀ ਮੰਗਿਆ ਐਪਲੀਕੇਸ਼ਨ 'ਚ? ਅਸੀਂ ਆਹੀ ਚੀਜ਼ਾਂ ਲਿਖੀਆਂ ਨੇ ਕਿ ਜਦੋਂ ਜ਼ੈਡ ਪਲੱਸ ਪ੍ਰੋਟੈਕਟੀ ਨੇ ਸਟੇਟ ਦੇ ਔਰ ਸਟੇਟ ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ਇਨਪੁੱਟ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ, ਦੇਸ਼ ਤੋਂ ਬਾਹਰ ਬੈਠੀਆਂ ਤਾਕਤਾਂ ਜਿਹੜੀਆਂ ਐਂਟੀ ਨੈਸ਼ਨਲ ਫੋਰਸਿਸ ਨੇ ਪਲੱਸ ਜਿਹੜੇ ਗੈਂਗਸਟਰਸ ਨੇ, ਉਹਦੇ ਬਾਵਜੂਦ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਨਾਲ ਖਿਲਵਾੜ ਕਰਕੇ ਉਹਨਾਂ ਨੂੰ ਬੈਰਕ 'ਚੋਂ ਕੱਢ ਕੇ ਕਦੇ ਫਾਂਸੀ ਵਾਲੀ ਚੱਕੀ ਦੇ ਵਿੱਚ, ਕਦੇ ਜੋੜਾ ਚੱਕੀ ਦੇ ਵਿੱਚ, ਇਹ ਕਿਹਦੇ ਇਸ਼ਾਰਿਆਂ 'ਤੇ ਕੰਮ ਸਰਕਾਰ ਕਰ ਰਹੀ ਹੈ? ਇਹ ਸਾਰਾ ਕੁਛ ਅਸੀਂ ਕੋਰਟ ਦੇ ਅੱਗੇ ਐਪਲੀਕੇਸ਼ਨ ਲਾ ਕੇ ਚੀਜ਼ਾਂ ਰੱਖੀਆਂ ਨੇ। ਹੁਣ ਕੋਰਟ ਨੇ ਕੱਲ੍ਹ ਨੂੰ ਸਟੇਟਸ ਰਿਪੋਰਟ ਵੀ ਸੁਪਰਡੈਂਟ ਸਾਹਿਬ ਦੀ ਕਾਲ ਕੀਤੀ ਹੈ ਅਤੇ ਸਰਕਾਰ ਦਾ ਜਵਾਬ ਵੀ।